ਦੇ ਅੰਦਰ ਉਦੋਂ ਹਫੜਾ ਦਫੜੀ ਮੱਚ ਗਈ ਜਦੋਂ ਉਹ ਪੈਟਰੋਲ ਪੰਪ ਦੇ ਬਾਹਰ ਖੜੇ ਇੱਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਅੰਦਰ ਹੀ ਫਸ ਗਿਆ। ਦਰਅਸਲ ਇਹ ਟਰੱਕ ਪੈਟਰੋਲ ਪੰਪ ਦੇ ਬਾਹਰ ਹੀ ਖੜਾ ਸੀ। ਜਿਵੇਂ ਹੀ ਡਰਾਈਵਰ ਟਰੱਕ ਨੂੰ ਸਟਾਰਟ ਕਰਦਾ ਹੈ ਤਾਂ ਉਸ ਦੇ ਵਿੱਚ ਅੱਗ ਲੱਗ ਜਾਂਦੀ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲਦੀ ਹੈ ਕਿ ਡਰਾਈਵਰ ਵਿੱਚ ਹੀ ਫਸ ਜਾਂਦਾ ਹੈ, ਪਰ ਗਨੀਮਤ ਰਹਿੰਦੀ ਹੈ ਕਿ ਸਮੇਂ ਸਿਰ ਉਹ ਛਾਲ ਮਾਰ ਕੇ ਆਪਣੀ ਜਾਨ ਬਚਾ ਲੈਂਦਾ ਹੈ। ਪਰ ਪੈਟਰੋਲ ਪੰਪ ਦੇ ਬਾਹਰ ਟਰੱਕ ਨੂੰ ਅੱਗ ਲੱਗਾ ਦੇਖ ਪੰਪ ਦੇ ਅੰਦਰ ਕਰਿੰਦਿਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਸਾਰੇ ਹੀ ਅੱਗ ਬੁਝਾਉਣ ਦੇ ਵਿੱਚ ਲੱਗ ਗਏ। ਹਾਲਾਂਕਿ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ, ਜਿਸਨੇ ਕੜੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਪਰ ਇੱਥੇ ਦੱਸ ਦਈਏ ਕਿ ਕਰੀਬ 45 ਮਿੰਟ ਤੱਕ ਇਹ ਟਰੱਕ ਇਸੇ ਤਰ੍ਹਾਂ ਸੜਦਾ ਰਿਹਾ, ਉਹ ਵੀ ਪੈਟਰੋਲ ਪੰਪ ਦੇ ਬਿਲਕੁਲ ਬਾਹਰ, ਜਿਸ ਕਰਕੇ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ। ਪਰ ਗਨੀਮਤ ਰਹੀ ਹੈ ਕਿ ਸਮੇਂ ਸਿਰ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਕੋਈ ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ ਹੈ। ਹਾਲਾਂਕਿ ਇੱਥੇ ਡਰਾਈਵਰ ਦਾ ਵੀ ਨੁਕਸਾਨ ਹੋ ਸਕਦਾ ਸੀ, ਪਰ ਜਿਵੇਂ ਹੀ ਟਰੱਕ ਦੇ ਵਿੱਚ ਅੱਗ ਲੱਗੀ, ਡਰਾਈਵਰ ਟਰੱਕ ਦੇ ਵਿੱਚੋਂ ਛਾਲ ਮਾਰ ਦਿੰਦਾ ਹੈ ਅਤੇ ਆਪਣੀ ਜਾਨ ਬਚਾ ਲੈਂਦਾ ਹੈ। ਤਸਵੀਰਾਂ ਖੰਨਾ ਦੀਆਂ ਨੇ। ਖੰਨਾ ਦੇ ਹੀ ਇੱਕ ਪੈਟਰੋਲ ਪੰਪ ਦੇ ਬਾਹਰ ਇਹ ਟਰੱਕ ਖੜਾ ਸੀ। ਜਿੱਦਾਂ ਹੀ ਡਰਾਈਵਰ ਇਸ ਨੂੰ ਸਟਾਰਟ ਕਰਨ ਲੱਗਦਾ ਹੈ ਤੇ ਟਰੱਕ ਦੇ ਵਿੱਚ ਅੱਗ ਲੱਗ ਜਾਂਦੀ ਹੈ। ਪੈਟਰੋਲ ਪੰਪ ਦੇ ਬਾਹਰ ਇਹ ਟਰੱਕ ਖੜਾ ਹੋਣ ਕਾਰਨ ਤੇ ਅੱਗ ਲੱਗਣ ਕਾਰਨ ਹਫੜਾ ਦਫੜੀ ਮੱਚ ਜਾਂਦੀ ਹੈ। ਪੰਪ ਦੇ ਅੰਦਰ ਕਰਿੰਦੇ ਵੀ ਪਰੇਸ਼ਾਨ ਹੋ ਜਾਂਦੇ ਨੇ ਅਤੇ ਸਾਰੇ ਹੀ ਰਲ ਕੇ ਅੱਗ ਬੁਝਾਉਣ ਦੇ ਵਿੱਚ ਲੱਗ ਜਾਂਦੇ ਨੇ। ਫਿਰ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚਦੀ ਹੈ ਤੇ ਕੜੀ ਮੁਸ਼ਕਤ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਦੱਸਿਆ ਜਾ ਰਿਹਾ ਕਿ ਟਰੱਕ ਲੋਹੇ ਦੀਆਂ ਪੱਤੀਆਂ ਨਾਲ ਭਰਿਆ ਹੋਇਆ ਸੀ। ਲੋਹੇ ਦਾ ਸਮਾਨ ਸੀ ਇਸ ਟਰੱਕ ਦੇ ਵਿੱਚ, ਜੋ ਮੰਡੀ ਗੋਬਿੰਦਗੜ੍ਹ ਤੋਂ ਜਲੰਧਰ ਵੱਲ ਨੂੰ ਜਾ ਰਿਹਾ ਸੀ। ਤਾਂ ਨਵਾਂ ਸ਼ਹਿਰ ਵਾਲੇ ਰਸਤੇ ਦੇ ਵਿੱਚ ਹੀ ਇੱਥੇ ਇਹ ਹਾਦਸਾ ਵਾਪਰ ਗਿਆ, ਜਿੱਥੇ ਪੈਟਰੋਲ ਪੰਪ ਦੇ ਬਾਹਰ ਹੀ ਇਸ ਨੂੰ ਅਚਾਨਕ ਅੱਗ ਲੱਗ ਗਈ। ਗਨੀਮਤ ਰਹੀ ਹੈ ਕਿ ਡਰਾਈਵਰ ਦਾ ਵੀ ਬਚਾਅ ਹੋ ਗਿਆ ਤੇ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ। ਸਾਡੇ ਰਿਟਾਇਰ ਅਫਸਰ ਯਸ਼ਪਾਲ ਰਾਏ ਗੋਮੀ ਜੀ ਦਾ ਫੋਨ ਆਇਆ ਸੀਗਾ ਜੀ। ਉਹਨਾਂ ਨੇ ਦੱਸਿਆ ਕਿ ਇੱਕ ਸਮਰਾਲਾ ਰੋਡ ਤੇ ਰਹਾਉਣ ਮੰਡੀ ਦੇ ਸਾਹਮਣੇ ਪੈਟਰੋਲ ਪੰਪ ਤੇ ਇੱਕ ਟਰੱਕ ਨੂੰ ਅੱਗ ਲੱਗ ਗਈ ਹੈ। ਅਸੀਂ ਤੁਰੰਤ ਸਾਡੀ ਟੀਮ ਗੱਡੀ ਕੱਢੀ ਤੇ ਅਸੀਂ ਉੱਥੇ ਪਹੁੰਚੇ। ਅੱਗ ਜਾ ਕੇ ਦੇਖਿਆ ਤਾਂ ਅੱਗ ਸ਼ਾਰਟ ਸਰਕਟ ਦੇ ਨਾਲ ਲੱਗੀ ਸੀਗੀ ਕੈਬਿਨ ਨੂੰ। ਸਾਡੀ ਟੀਮ ਨੇ ਮੌਕੇ ਤੇ ਅੱਗ ਤੇ ਕਾਬੂ ਪਾਇਆ। ਸਾਡੇ ਬਹੁਤ ਸਟਾਫ ਨੇ ਬਹੁਤ ਵਧੀਆ ਕੰਮ ਕੀਤਾ ਉੱਥੇ ਜਾ ਕੇ, ਅਤੇ ਡਰਾਈਵਰ ਦੇ ਦੱਸਣ ਮੁਤਾਬਕ ਵੀ ਉਹਦੇ ਸਾਰੇ ਕਾਗਜ਼ ਪੱਤਰ ਸੜ ਗਏ, ਗੱਡੀ ਦੇ ਵਿੱਚ ਉਹਦਾ ਫੋਨ ਸੀ ਉਹ ਵੀ ਸੜ ਗਿਆ, ਗੱਡੀ ਦਾ ਕੈਬਨ ਜਮ੍ਹਾਂ ਖਤਮ ਹੋ ਗਿਆ ਜੀ। ਭਾਈ ਉਸਦਾ ਮਤਲਬ ਕੈਬਨ ਸਾਰਾ ਖਤਮ ਹੋ ਗਿਆ। ਅੱਗ 'ਤੇ ਕਾਬੂ ਘੱਟੋ ਘੱਟ ਵੀ 40-45 ਮਿੰਟ ਲੱਗ ਗਏ ਸੀ ਅੱਗ 'ਤੇ ਕਾਬੂ ਪਾਉਣ 'ਤੇ ਜੀ। ਅੱਗ ਬਹੁਤ ਜ਼ਿਆਦਾ ਸੀਗੀ, ਟਿੱਕੀ ਗਈ ਸੀਗੀ ਜੀ। ਹਾਂਜੀ ਹਾਂਜੀ, ਇੱਥੋਂ ਮੰਡੀ ਗੋਬਿੰਦਗੜ੍ਹ ਤੋਂ ਜਲੰਧਰ ਜਾ ਰਹੀ ਸੀਗੀ। ਕੀ ਲੱਦਿਆ ਹੋਇਆ ਸੀ ਉਹਦੇ ਵਿੱਚ? ਉਹਦੇ ਵਿੱਚ ਆਹ ਹੀ ਐਂਗਲਾਂ ਲੱਦੀਆਂ ਹੋਈਆਂ ਸੀਗੀਆਂ ਜੀ, ਲੋਹੇ ਦੇ ਐਂਗਲਾਂ। 6 ਚੱਕੀ ਗੱਡੀ ਸੀਗੀ ਜੀ।